ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਢਣਾ 나ਗ ਨਿਵਾਸਾਂ ਦੇ ਰਹਿਣਾ ਤੰਤਨ ਗੁਰਕਲਗੀਦਰ ਪਾਤਸ਼ਾਹ ਵਾਲੀ ਦੋ ਜਹਾਨਾਂ ਦੇ ਅੰਮ੍ਰਿਤ ਕੇ ਦਾਤੇ ਸਰਬੰਸ ਕੇ ਦਾਨੀ ਸੰਤ ਸਿਪਾਹੀ ਐਸੀ ਉਹ ਪ੍ਰੀਤਮ ਜਦੋਂ ਮਾਛੀ ਵਾੜੇ ਦੇ ਜੰਗਲਾਂ ਦੇ ਵਿੱਚ ਕਿੰਦੇ ਦਸੇ ਰਾਣਾ ਰੱਖ ਕੇ ਸੁੱਤੇ ਹੋਏ ਨੇ ਪੈਰਾਂ ਵਿੱਚ ਛਾਲੇ ਨੇ ਜਾਮਾਂ ਲੀਰੋ ਲੀਰ ਹੈ ਨਾ ਹੱਥ ਵਿੱਚ ਬਾਜ ਹੈ ਨਾ ਸਿਰ ਤੇ ਤਾਜ ਹੈ ਨਾ ਨੀਲਾ ਕੋੜਾ ਹੈ ਨਾ ਬਾਕਾ ਜੋੜਾ ਹੈ ਉਸ ਵੇਲੇ ਉਸ ਪ੍ਰਮਾਤਮਾ ਦੇ ਨਾਲ ਵਾਹਿਗੁਰੂ ਦੇ ਨਾਲ ਆਪਣੇ ਉਸ ਪ੍ਰੀਤਮ ਦੇ ਨਾਲ ਕਿਸ ਤਰ੍ਹਾਂ ਬਾਤਾਂ ਕਰ ਰਹੀ ਨੇ ਉਹ ਸਾਰੀ ਤਸਵੀਰ ਨੂੰ ਇੱਕ ਸ਼ਾਇਰ ਨੇ ਬੜੇ ਸੁੰਦਰ ਸ਼ਬਦਾਂ ਦੇ ਵਿੱਚ ਉਕੇਰਿਆ ਹੈ ਕਿਉਂ ਰੋਣਾ ਤੇ ਸੁਣਵਾਲਾ ਉਰਾਹੀ ਕਿਵੇਂ ਪ੍ਰਤੀਤ ਹੁੰਦਾ ਹੈ ਕਿਵੇਂ ਉਸ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਹੈ ਕਿਵੇਂ ਸਾਰੇ ਦਰਦ ਨੂੰ ਆਪਣੇ ਸੀਨੇ ਵਿੱਚ ਸਮੇਟ ਕੇ ਇਸ ਦੇਸ਼ ਧਰਮ ਕੌਮ ਦੇ ਲਈ ਸਭ ਕੁਝ ਕੁਰਬਾਨ ਕਰਕੇ ਉਹ ਕਿਵੇਂ ਸੁੱਤਾ ਪਿਆ ਹੈ ਆਓ ਉਹ ਸ਼ਾਇਰ ਕਿਸ ਤਰ੍ਹਾਂ ਆਪਣੇ ਸ਼ਰਦਾ ਸੁਮਨ ਗੁਰ ਚਰਣਾ ਵਿੱਚ ਅਰਪਿਤ ਕਰਦਾ ਹੈ ਆਪਾਂ ਵੀ ਸ਼ਰਮਣ ਕਰੀਏ ਸੋ ਕੌਣ ਰਿਹਾ ਰੋੜਾਤੀ ਸੋ ਕੌਣ ਰਿਹਾ ਜਾਪੇ ਇਤ ਹਾਲ ਫਕੀਰਾਂ ਦਾ ਕੋਈ ਸ਼ੇਨ ਸ਼ਾ ਚਾਪੇ ਸੋ ਕੋਨ ਰਿਹ ਰੋਣਾ ਤੀ ਕੋਈ ਵੀ ਪਰਵਾ ਜਾਪੇ ਇਤ ਹਾਲ ਫਕੀਰਾਂ ਦਾ ਕੋਈ ਸ਼ਹਿਨ ਸ਼ਹਾਜਾ ਪੀ ਚਾਪੇ ਸੋ ਕੋਣ ਰੀਆ ਰੋਣਾ ਤੇ ਕੋਈ ਵੀ ਪਰਵਾਹ ਚਾਪੇ ਇਹਦਾ ਹਾਲ ਫਕੀਰਾਂ ਦਾ ਕੋਈ ਸ਼ਹਿਨ ਸ਼ਾਹ ਚਾਪੇ ਸੋ ਕੋਣ ਰੀਆ ਰੋਣਾ ਤੇ ਕਲਗੀ ਧਰ ਦਿਸਦਾ ਹੈ ਲੇ ਕੀ ਤਰ ਥਿਸਦਾ ਹੈ ਪਰ ਬਾਜ ਗਿਆ ਕਿਥੀ ਇਹ ਸ਼ਹਿਨ ਸ਼ਾ ਥਿਸਦਾ ਹੈ ਪਰ ਤਾਜ ਗਿਆ ਕਿਥੀ ਇਹ ਸ਼ਹਿਨ ਸ਼ਾ ਥਿਸਦਾ ਹੈ ਪਰ ਤਾਜ ਗਿਆ ਕਿਥੀ ਇਧੇ ਕੋਲ ਤਨੀ ਲਾਸੀ ਅਜੀ ਆਇਆ ਗਵਾ ਜਾਪੀ ਸੋ ਕੋਣ ਰਿਹ ਹਰੂੜਾਤੀ ਕੋਈ ਵੀ ਪਰਵਾ ਜਾਪੇ ਇਦ ਹਾਲ ਫਕੀਰਾਂ ਦਾ ਕੋਈ ਸ਼ਹਿਨ ਸ਼ਾਹ ਚਾਪੇ ਸੋ ਕੋਣ ਰਿਹ ਹਰੂੜਾਤੀ ਦਸ਼ਮੀਸ਼ਿ ਪਿਤਾ ਇਤਾ ਜੋ ਲਾਲ ਲੁਟਾਇਆ ਦਸ਼ਮੀਸ਼ਿ ਪਿਤਾ ਇਤਾ ਜੋ ਲਾਲ ਲੁਟਾਇਆ ਪਰਿਵਾਰੀ ਕੁਟੰਬ ਸਾਰਾ ਲੇਖ ਕੋਮ ਦਿਲਾਇਆ ਪਰਿਵਾਰੀ ਕੁਟੰਬ ਸਾਰਾ लेके कोम दिलाया लख सद में शुगल एता आया सीने लुका जा पे लख सदमि शुगल एता। आया सीने लुका जा पे सो कौन रिया रोड़ा ते कोई भी परवा जा पे ਇਦ ਹਾਲ ਫਕੀਰਾਂ ਦਾ ਕੋਈ ਸ਼ਹਿਨਸ਼ਾ ਚਾਪੇ ਸੋ ਕੋਣ ਰੀ ਹਰੂੜਾਤੇ ਕੋਈ ਵੀ ਪਰਵਾ ਚਾਪੇ ਇਦ ਹਾਲ ਫਕੀਰਾਂ ਦਾ ਪਰ ਸ਼ਹਿਨਸ਼ਾ ਚਾਪੇ ਸੋ ਕੋਣ ਰਿਹਾ ਰੂਣਾ ਤੇ ਕੋਈ ਵੀ ਪਰਵਾ ਚਾਪੇ ਇਤ ਹਾਲ ਫਕੀਰਾਂ ਦਾ ਪਰਿਸ਼ੇਨ ਸ਼ਾ ਚਾਪੇ ਸੋ ਕੋਣ ਰਿਹਾ ਰੂਣਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ